ਅਸਲਾਮੁਅਲੈਕਮ ਸਾਰਿਆਂ ਭਰਾਵਾਂ ਨੂੰ ਅੱਜ ਦੀ ਇੰਤਹਾਹੀ ਤੇ ਜ਼ਰੂਰੀ ਗੱਲ ਇਹ ਹੈ ਤੁਹਾਡੇ ਨਾਲ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਇਹ ਉਹਨਾਂ ਦੀ ਦਾਖਲੇ ਦੀ ਜਮ੍ਹਾਂ ਕਰਵਾਉਣ ਦੀ ਐਡਮਿਸ਼ਨ ਡੇਟ ਬਦਲ ਦਿੱਤੀ ਗਈ ਜੋ 31 ਮਈ ਰੱਖ ਦਿੱਤੀ ਗਈ ਹੈ ਪਹਿਲੇ ਇਹ ਅਪ੍ਰੈਲ ਦੇ 15 ਅਪ੍ਰੈਲ ਸੰਗਲਬੰਸ ਜਾਂ 10 ਅਪ੍ਰੈਲ ਸੀਦਾ ਸੀ ਉਸ ਤੋਂ ਬਾਅਦ ਬਹੁਤ ਹੀ ਜ਼ਰੂਰੀ ਗੱਲ ਹੈ ਜਿਹੜੀ ਤੁਹਾਡੇ ਸਾਹਮਣੇ ਸ਼ੋਅ ਹੋ ਰਹੀ ਹੈ ਕਿ ਐਮਏ ਦਾ ਜਿਹੜਾ ਹੈਗਾ ਇਹ ਐਰਕਾ 2 ਸਾਲ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਜੋ ਆਖਰੀ ਮਰਤਬਾ ਏਅਰ ਦਾ ਜ਼ਰੂਰ ਅਪਲਾਈ ਕਰ ਦਿਓ ਇਸ ਤੋਂ ਬਾਅਦ ਇਹ ਜਿਹੜਾ ਪ੍ਰੋਗਰਾਮ ਮਾਸਟਰ ਡਿਗਰੀ ਦਾ ਹੋਣਾ ਉਹ 4 ਸਾਲ ਦਾ ਪ੍ਰੋਗਰਾਮ ਹੋ ਜਾਣਾ ਤੇ ਬੜੀ ਮੁਸ਼ਕਲ ਪੇਸ਼ ਬੰਨੀ ਉਹਨਾਂ ਦੋਸਤਾਂ ਵਾਸਤੇ ਮਾਸਟਰ ਦੀ ਡਿਗਰੀ ਲੈਣ ਵਾਸਤੇ ਤੇ ਏਅਰ ਕਾ ਮੈਂ ਤਾਂ ਸਾਰੇ ਭਰਾਵਾਂ ਨੂੰ ਜ਼ਰੂਰ ਕਵਾਂਗਾ ਕਿ ਏਅਰ ਕਾ ਤੁਸੀਂ ਐਮਏ ਵਾਸਤੇ ਅਪਲਾਈ ਕਰੋ 2 ਸਾਲ ਦਾ ਹੋ ਸਕਦਾ ਕੋਈ ਥੋੜੀ-ਬੋੜੀ ਮਿਹਨਤ ਕਰਕੇ ਤੁਸੀਂ ਪਾਸ ਹੋ ਜਾਓ ਤੇ ਐਮਏ ਦੀ ਡਿਗਰੀ ਹਾਸਲ ਕਰ ਲਓ ਓਕੇ ਅੱਲਾ ਹਾਫਿਜ਼